The Wire. ਸਾਡੇ ਤੋਂ ਬਿਨਾਂ ਇਜਾਜ਼ਤ ਤੋਂ ਸਾਡੀ ਬਿਨਾਂ ਰਜ਼ਾਮੰਦੀ ਤੋਂ ਇਹਨਾਂ ਨੇ ਪੋਸਟਮਾਰਟਮ ਕਰਤਾ ਔਰ ਸਾਨੂੰ ਕਹਿਤਾ ਅੱਧੇ ਘੰਟੇ ਦੀ ਲਾਸ਼ ਲੈ ਲਓ ਜੇ ਲੈਣੀ ਆ ਨਹੀਂ ਤਾਂ ਅਸੀਂ ਇਹਦਾ ਸੰਸਕਾਰ ਵੀ ਕਰ ਲਾਂਗੇ। ਇਹ ਕਿਹਾ ਤੁਹਾਨੂੰ ਇਹ ਜੱਜ ਸਾਹਿਬ ਜਿਹੜੇ ਉੱਥੇ ਆਏ ਸੀ ਉਹਨਾਂ ਨੂੰ ਮੇਰੇ ਵਕੀਲ ਸਾਹਿਬ ਨੂੰ ਗਏ ਜਦੋਂ ਵਕੀਲ ਸਾਹਿਬ ਮੇਰੇ ਉਹਨੂੰ ਕਿਹਾ ਗਿਆ ਕਿ ਤੁਹਾਡੇ ਬੱਚੇ ਨੂੰ ਇਹ ਕਹਿ ਰਹੇ ਆ ਵੀ ਤੁਸੀਂ ਲੋਡੀ ਲੈਣੀ ਤਾਂ ਅੱਧੇ ਘੰਟੇ ਲੈ ਲਓ ਨਹੀਂ ਤਾਂ ਤੁਹਾਡੇ ਬੱਚੇ ਦਾ ਅਸੀਂ ਸੰਸਕਾਰ ਵੀ ਕਰ ਦਾਂਗੇ। ਮੈਂ ਕਿਹਾ ਇੱਦਾਂ ਕਿੱਦਾਂ ਸੰਸਕਾਰ ਕਰ ਦੋਗੇ ਜੀ? ਕਹਿੰਦੇ ਜਿੱਦਾਂ ਪੋਸਟਮਾਰਟਮ ਕੀਤਾ ਉਦੋਂ ਸੰਸਕਾਰ ਕਰ ਦਾਂਗੇ। ਇਹ ਗਲਤ ਗੱਲ ਵਾ। ਕੋਈ ਖਾਸ ਪੁਲਿਸ ਵਾਲਾ ਆਈਡੈਂਟੀਫਾਈ ਕੀਤਾ ਜਿਹਦੇ ਤੋਂ ਤੁਸੀਂ ਚਾਹੁੰਦੇ ਹੋ? ਕੋਈ ਨਾਂ ਹੈਗਾ ਹਾਂਜੀ ਉਹ ਪਰਿਵਾਰ ਉਸ ਪਰਿਵਾਰ ਮੁੰਡੇ ਦੇ ਜਿਹੜਾ ਕਤਲ ਹੋਇਆ ਜਿਹੜੇ ਮੁੰਡੇ ਦਾ ਉਹਦੇ ਫਾਦਰ ਨੇ ਸਾਰੀ ਗੱਲ ਦੱਸੀ ਵੀ ਮੈਨੂੰ ਪੁਲਿਸ ਅਫਸਰ ਬੜੇ ਆ ਕੇ ਧਮਕਾ ਰਹੇ ਆ, ਜੇਲ੍ਹ ਪ੍ਰਸ਼ਾਸਨ ਤੋਂ ਧਮਕੀਆਂ ਮਿਲ ਰਹੀਆਂ ਨੇ। ਸਭ ਤੋਂ ਵੱਡੀ ਗੱਲ ਇਹ ਹੈਗੀ ਆ, ਇਹ ਸਾਨੂੰ ਪੁਲਿਸ ਐਡਮਿਨਿਸਟ੍ਰੇਸ਼ਨ ਇਹ ਕਹਿੰਦਾ ਸੀ ਵੀ ਇਨਕੁਆਇਰੀ ਕੰਪਲੀਟ ਹੋ ਲੈਣ ਦੀ, ਕੱਲ੍ਹ ਜਦੋਂ ਮੰਤਰੀ ਜੀ ਆਏ ਆ। ਹੁਣ ਇਨਕੁਆਇਰੀ ਚੱਲਦੀ ਆ, ਚੱਲਦੀ ਇਨਕੁਆਇਰੀ ਦੇ ਵਿੱਚ 19 ਹਵਾ ਲਾਤੀਆਂ ਅਤੇ ਕੈਦੀਆਂ ਦੇ ਉੱਤੇ FIR ਦੇਤੀ, ਮਤਲਬ ਦੋ ਮੂਹਿਆ ਹੋ ਗਿਆ ਕੰਮ। ਜੇ ਤੁਸੀਂ ਉਹ FIR ਦਿੱਤੀ ਆ, ਫਿਰ ਇਹ ਅਜੀਤ ਵਾਲੀ 302 ਦੇ ਤਹਿਤ ਕਤਲ ਦੀ FIR ਕਿਉਂ ਨਹੀਂ ਦੇ ਰਹੇ? DCP ਸਾਹਿਬ ਨੂੰ ਇਹੀ ਗੱਲ ਪੁੱਛੀ ਆ। ਮੈਨੂੰ ਨਹੀਂ ਆਸ ਕਿ ਸਾਨੂੰ ਪੁਲਿਸ ਅਤੇ ਸਰਕਾਰ ਕੋਈ ਇਸ ਟੱਬਰ ਨੂੰ ਨਿਆਂ ਦਊਗੀ, ਸਾਨੂੰ ਹਾਈਕੋਰਟ ਜਾਣਾ ਪਊਗਾ। ਪ੍ਰੋਸੀਜਰ ਆ, ਹਾਈਕੋਰਟ ਨੇ ਪੁੱਛਣਾ ਤੁਸੀਂ ਪੁਲਿਸ ਕੋਲ ਗਏ ਸੀ, ਅਸੀਂ ਪੁਲਿਸ ਨੂੰ ਸਾਰੀ ਗੱਲ ਇਹ ਬੀਬੀ ਦੀ ਬੱਚੇ ਦੀ ਮਾਂ ਦੀ ਸਟੇਟਮੈਂਟ ਜਿਹੜੀ ਆ ਡੈਰੀ ਕਰਾ ਕੇ ਆਏ ਹਾਂ, ਤਾਂ ਜੋ ਹਾਈਕੋਰਟ ਦੇ ਵਿੱਚ ਜਿਹੜੇ ਦੋਸ਼ੀ ਪੁਲਿਸ ਅਫਸਰ ਉਹਨਾਂ ਦੇ ਵਰਖਿਲਾਫ ਕਤਲ ਦਾ ਮੁਕੱਦਮਾ ਦਰਜ, ਤਾਂ ਕਿ ਬਾਕੀ ਭੂਤਰੇ ਹੋਏ ਪੁਲਿਸੀਆਂ ਨੂੰ ਨਸੀਹਤ ਮਿਲ ਸਕੇ, ਜਿਹੜੇ ਆਪਣੇ ਆਪ ਨੂੰ ਖਾਕੀ ਵਰਦੀ ਪਾ ਕੇ ਧਰਤੀ ਦਾ ਰੱਬ ਸਮਝਦੇ ਆ ਨਾ, ਇਹਨਾਂ ਦੇ ਵਿੱਚੋਂ ਧਰਤੀ ਦੇ ਰੱਬ ਵਾਲੀ ਪ੍ਰਵਿਰਤੀ ਦੂਰ ਕੀਤੀ ਜਾ ਸਕੇ। ਜਿਹੜਾ ਕਾਨੂੰਨ ਆਪਣੇ ਹੱਥ 'ਚ ਲੈ ਕੇ ਲੋਕਾਂ ਨੂੰ ਕੀੜੇ ਮਕੌੜੇ ਸਮਝ ਕੇ ਮਾਰਦੇ ਆ, ਇਹਨਾਂ ਨੂੰ ਨਕੇਲ ਪਾਈ ਜਾ ਸਕੇ। ਅਸੀਂ ਹਾਈਕੋਰਟ ਜਾਵਾਂਗੇ, ਇਸ ਪਰਿਵਾਰ ਦੇ ਉੱਤੇ ਇੱਕ ਪੈਸੇ ਦਾ ਵਜਨ ਬੋਝ ਨਹੀਂ। ਰਹਿ ਗਈ ਗੱਲ ਸੰਸਕਾਰ ਦੀ, ਉਹ ਪਰਿਵਾਰ ਜੋ ਚਾਹੂਗਾ ਸੰਸਕਾਰ ਕਰਨਾ ਤਾਂ ਵੀ ਅਸੀਂ ਨਾਲ ਹੈਗੇ ਹਾਂ, ਜੇ ਸੰਸਕਾਰ ਨਹੀਂ ਕਰਨਾ ਤਾਂ ਵੀ ਅਸੀਂ ਇਹਨਾਂ ਦੇ ਨਾਲ ਹੈ। ਉਹਦੇ 'ਚ ਸਾਡੀ ਨਹੀਂ ਕੋਈ, ਅਸੀਂ ਇਸ ਟੱਬਰ ਦੀ ਪੀੜਿਤ ਪਰਿਵਾਰ ਦੀ ਮਦਦ ਵਾਸਤੇ ਸਾਰੇ ਹਾਂ, ਕਿਸੇ ਵੀ ਤਰੀਕੇ ਦੀ ਕੋਈ ਮਦਦ ਉਹਦੇ ਨਾਲ ਅਸੀਂ 24 ਘੰਟੇ ਪਰਿਵਾਰ ਦੇ ਸਪੋਰਟ ਦੇ ਵਿੱਚ। ਬੈਂਸ ਸਾਹਿਬ, ਕੱਲ੍ਹ ਜੇਲ੍ਹ ਮੰਤਰੀ ਸਾਹਿਬ ਦੇ ਦੋ ਵੱਡੇ ਬਿਆਨ ਆਏ ਹੈ ਜਦੋਂ ਉੱਥੇ ਪਹੁੰਚਦੇ ਹੈ। ਇੱਕੋ ਕਹਿੰਦੇ ਆ ਕਿ 303 ਦਾ ਅਸਲਾ, ਅਸੀਂ ਇਹਨੂੰ ਕੇਂਦਰ ਨੂੰ ਕਵਾਂਗੇ ਅਪਗ੍ਰੇਡ ਕਰੋ ਅਸਲੇ ਨੂੰ ਅੰਦਰ ਜੇਲ੍ਹ ਦੇ। ਦੂਜਾ ਕਹਿ ਰਿਹਾ ਕਿ ਬਹੁਤ ਐਪਰੀਸ਼ੀਏਬਲ ਕੰਮ ਕੀਤਾ। ਬੁੱਚੜਾਂ ਨੂੰ ਨਾਮ ਦੇ ਕੇ ਗਏ, ਬੁੱਚੜ ਕਹੂੰਗਾ ਇਨੋਸੈਂਟ, ਜਿਹੜਾ ਬੱਚਾ ਆਪਣੀ ਮਾਂ ਨੂੰ ਮਿਲਣ ਵਾਸਤੇ ਆ ਰਿਹਾ ਅਤੇ ਉਹਦੇ 'ਤੇ ਗੋਲੀ ਚੱਲ ਗਈ, ਉਹਦੀ ਮਾਂ ਨੇ ਅੱਖੀ ਡਿੱਠਾ ਬਰਤਾਂਤ ਆਪਣੀ ਸਟੇਟਮੈਂਟ ਦੇ ਵਿੱਚ ਦਿੱਤਾ। ਬੁੱਚੜ ਪੁਲਿਸ ਅਫਸਰਾਂ ਨੂੰ ਸਜ਼ਾ ਨਹੀਂ ਇਨਾਮ ਦਿੱਤੇ ਜਾ ਰਹੇ ਆ। ਫਸਟ ਆਫ ਆਲ ਝੂਠੇ ਪੁਲਿਸ ਮੁਕਾਬਲਿਆਂ ਵਾਲੇ ਪੁਲਿਸੀਏ ਸੀ ਜਿਹੜੇ ਜੇਲ੍ਹ ਦੇ ਵਿੱਚ ਉਮਰ ਕੈਦ, ਕੈਪਟਨ ਅਮਰਿੰਦਰ ਸਿੰਘ ਨੇ ਰਿਕਮੈਂਡ ਕਰਕੇ ਤੌਰ 'ਤੇ ਗਵਰਨਰ ਨੇ ਮਨਜ਼ੂਰੀ ਦੇ ਦਿੱਤੀ। ਇਹ ਉਹੀ ਸਰਕਾਰ ਦਾ ਮੰਤਰੀ ਹੈ, ਉਸੇ ਸਰਕਾਰ ਦਾ ਮੰਤਰੀ ਹੈ ਜਿਹੜੀ ਸਰਕਾਰ ਝੂਠੇ ਪੁਲਿਸ ਮੁਕਾਬਲੇ ਕਰਨ ਵਾਲੇ ਦੋਸ਼ੀ ਸਜ਼ਾ ਯਾਫਤਾ ਪੁਲਿਸ ਅਫਸਰਾਂ ਨੂੰ ਰਿਹਾਅ ਕਰ ਰਹੀ ਹੈ। ਉਹੀ ਮੰਤਰੀ ਅੱਜ ਬੁੱਚੜ ਪੁਲਿਸੀਆਂ ਨੂੰ, ਜਿਨ੍ਹਾਂ ਨੇ 21 ਸਾਲ ਦਾ ਇੱਕ ਅਤੇ ਸੰਨੀ 30 ਸਾਲ ਦਾ ਜਿਹੜਾ ਸੰਨੀ ਸੂਦ
ਦੋ ਨੌਜਵਾਨ ਮੌਤ ਦੇ ਘਾਟ ਉਤਾਰਤੇ, ਇਹ ਖਾਕੀ ਵਰਦੀ ਪਾ ਕੇ ਆਪਣੇ ਆਪ ਨੂੰ ਧਰਤੀ ਦਾ ਰੱਬ ਦੇ ਲੋਕਾਂ ਨੂੰ ਕੀੜੇ ਮਕੌੜੇ ਸਮਝਦੇ। ਅਸੀਂ ਦੱਸਾਂਗੇ ਇਹਨਾਂ ਨੂੰ ਵੀ ਨਿਆਂ ਕੀ ਹੈ, ਕਿਵੇਂ ਲਿਆ ਜਾਂਦਾ। ਅਸੀਂ ਜੇ ਇਹਨਾਂ ਨੇ ਸਾਨੂੰ ਨਿਆਂ ਨਾ ਦਿੱਤਾ, ਅਸੀਂ ਹਾਈ ਕੋਰਟ ਜਾਵਾਂਗੇ। ਹਾਈ ਕੋਰਟ ਤੋਂ 302 ਦੀ FIR ਦਰਜ ਕਰਾਉਣ ਦੀ ਸਿਫਾਰਿਸ਼ ਆਰਡਰ ਲੈ ਕੇ ਆਵਾਂਗੇ। ਅਤ ਨਿੰਦਣਯੋਗ ਹੈਗਾ, ਪੀੜਿਤ ਪਰਿਵਾਰ ਨੂੰ ਨਹੀਂ ਕੋਈ, ਉਹਨਾਂ ਦਾ ਸਹਾਰਾ ਨਹੀਂ ਬਣੀ ਸਰਕਾਰ, ਮੰਤਰੀ ਕੋਈ ਉਹਨਾਂ ਦੇ ਵਿੱਤੀ ਹਾਲਾਤ ਰੋਟੀ ਤੋਬਾ ਜਾਂ ਟੱਬਰ, ਇਹ ਉਹਨਾਂ ਦੀ ਕੋਈ ਸਹਾਇਤਾ ਮਦਦ ਜਾਂ ਉਹਨਾਂ ਦੇ ਪਰਿਵਾਰ ਦੇ ਵਿੱਚ ਕਿਸੇ ਮੈਂਬਰ ਨੂੰ ਕੋਈ ਨੌਕਰੀ ਦੀ ਗੱਲ ਨਹੀਂ, ਕੋਈ ਵਿੱਤੀ ਮਦਦ ਦੀ ਗੱਲ ਨਹੀਂ। ਜਿਹੜੇ ਬੁੱਚੜ ਉੱਥੇ ਜੇਲ੍ਹ ਅਫੀਸਰਸ ਹੈਗੇ ਆ ਉਹਨਾਂ ਨੂੰ ਨਾਮ ਦੇ ਗਿਆ। ਇੱਡੂ ਵੱਡੀ ਨਮੋਸ਼ੀ, ਸ਼ਰਮਨਾਕ ਗੱਲ ਹੋਰ ਕੀ ਹੋ ਸਕਦੀ। ਇਹ ਜਿਹੜਾ 27 ਤਰੀਕ ਨੂੰ ਵਾਕਿਆ ਹੋਇਆ ਸੀ, ਮੈਂ ਖੁਦ ਮੌਕੇ 'ਤੇ ਜੇਲ੍ਹ 'ਤੇ ਗਿਆ ਸੀ ਔਰ ਉੱਥੇ ਅੰਦਰ ਕਾਫੀ ਮਾੜੇ ਹਾਲਾਤ ਸੀਗੇ। ਤਾਂ ਅਸੀਂ ਆਲਮੋਸਟ 800 ਤੋਂ ਲੈ ਕੇ 1200 ਦੇ ਵਿੱਚ ਕੈਦੀ ਜਿਹੜਾ ਸੀਗਾ ਖੁੱਲ੍ਹਾ ਅੰਦਰ ਤੁਰਿਆ ਫਿਰਦਾ ਸੀਗਾ ਔਰ ਰਾਈਟਿੰਗ ਕਰ ਰਿਹਾ ਸੀਗਾ। ਤਾਂ ਅਸੀਂ 250 ਸਾਡੇ ਕੋਲ ਡਿਸਟ੍ਰਿਕਟ ਪੁਲਿਸ ਸੀ, ਜਿਨ੍ਹਾਂ ਨਾਲ ਜਾ ਕੇ ਅਸੀਂ ਉਹਨਾਂ ਨੂੰ ਪਹਿਲੇ ਸਿਕਿਓਰ ਕੀਤਾ ਜੇਲ੍ਹ ਦੇ ਪ੍ਰੈਮਿਸਿਸ ਨੂੰ ਔਰ ਅੰਦਰ ਬੰਦ ਕੀਤਾ। ਉਸ ਤੋਂ ਬਾਅਦ ਜਿਹੜੇ ਮੇਨ ਰਾਈਟਿੰਗ ਵਾਲੇ ਸੀਗੇ ਉਹਨਾਂ ਦੇ ਖਿਲਾਫ ਜੇਲ੍ਹ ਸੁਪਰਡੈਂਟ ਨੇ ਸਾਨੂੰ ਲਿਖ ਕੇ ਦਿੱਤਾ ਸੀਗਾ, ਉਹ ਅਸੀਂ ਕੇਸ ਰਜਿਸਟਰ ਕਰ ਦਿੱਤਾ। ਜਿੱਥੋਂ ਤੱਕ ਪਰਿਵਾਰ ਦਾ ਸਵਾਲ ਹੈ, ਅੱਜ ਉਹ ਹੁਣ ਆ ਕੇ ਮਿਲੇ ਸੀਗੇ, ਮਿਲ ਕੇ ਉਹਨਾਂ ਨੇ ਇੱਕ ਕੰਪਲੇਂਟ ਦਿੱਤੀ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਫਲਾਣੇ ਫਲਾਣੇ ਬੰਦੇ ਨੇ ਅਸੀਂ ਅੱਖੀ ਦੇਖਿਆ। ਉਹਦੇ 'ਚ ADCP 4 ਜਿਹੜੇ ਕੰਸਰਨਡ ਉਸ ਏਰੀਏ ਦੇ ਹੈਗੇ ਉਹਨਾਂ ਨੂੰ ਅਸੀਂ ਦੇਖੀ ਹੈ, ਇਨਕੁਆਇਰੀ ਮਾਰਕ ਕਰਤੀ ਹੈ। ਜੋ ਵੀ ਉਹਦੇ 'ਚ ਤੱਤ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕਰ ਦਿੱਤੀ ਜਾਏਗੀ। ਜਿੱਥੋਂ ਤੱਕ ਉਹ ਧਮਕੀਆਂ ਦਾ ਸਵਾਲ ਹੈ, ਉਹ ਕੰਸਰਨਡ SHO ACP ਨੂੰ ਮੈਂ ਕਹਿਤਾ ਔਰ ਇਹਨਾਂ ਨੂੰ ਵੀ ਹਦਾਇਤ ਕਰਤੀ ਹੈ ਕਿ ਕੋਈ ਵੀ ਅਗਰ ਤੁਹਾਨੂੰ ਮੁਲਾਜ਼ਮ ਆ ਕੇ ਧਮਕਾਉਂਦਾ ਜਾਂ ਕੋਈ ਪ੍ਰਾਈਵੇਟ ਬੰਦਾ ਵੀ ਧਮਕਾਉਂਦਾ ਤਾਂ ਅਸੀਂ ਇਮੀਡੀਏਟਲੀ ਉਹਦੇ 'ਤੇ ਐਕਸ਼ਨ ਲਾਂਗੇ। ਕਿੰਨੇ ਕੈਦੀਆਂ ਦੇ ਕੋਲ ਤੁਹਾਨੂੰ ਮਾਮਲਾ ਦਰਜ ਕੀਤਾ ਗਿਆ? ਮੇਰੇ ਖਿਆਲ 19 ਦੇ ਕਰੀਬ। ਸਰ ਇੱਕ ਹੋਰ ਹੈਗਾ ਆ ਕਿ ਪਰਿਵਾਰ ਸਰ ਘਬਰਾਇਆ ਹੋਇਆ ਕਹਿ ਰਿਹਾ ਵੀ ਸਾਨੂੰ ਪੁਲਿਸ ਵੱਲੋਂ ਵੀ ਧਮਕੀਆਂ ਮਿਲ ਰਹੀਆਂ, ਸਰ ਉਸ ਨੂੰ ਲੈ ਕੇ ਕਾਰਨ? ਨਹੀਂ, ਸਾਡੇ ਵੱਲੋਂ ਤਾਂ ਮੈਨੂੰ ਨਹੀਂ ਲੱਗਦਾ ਕੋਈ ਪੁਲਿਸ, ਕਿਉਂਕਿ ਮੈਨੂੰ ਵੀ ਇਹ ਕੱਲ੍ਹ ਵੀ ਮਿਲੇ ਆ ਉੱਥੇ। ਸਿੰਸ ਜਿਹੜਾ ਪ੍ਰੋਸੈਸ ਹੈਗਾ ਇਹਦੇ 'ਚ ਇੱਕ ਮਜਿਸਟਰਲ ਇਨਕੁਆਇਰੀ ਸਰਕਾਰ ਨੇ ਮਾਰ ਕਰ ਦਿੱਤੀ ਹੈ DC ਸਾਹਿਬ ਨੂੰ, ਸੈਕਿੰਡ ਜਿਹੜੀ ਹੈਗੀ ਹੈ ਜੁਡੀਸ਼ੀਅਲ ਇਨਕੁਆਇਰੀ, ਬਿਕੋਜ਼ ਇਹ ਜੇਲ੍ਹ ਵੱਲੋਂ ਜੇਲ੍ਹ ਦੇ ਵਿੱਚ ਸੀਗਾ ਬੰਦਾ, ਉੱਥੇ ਕਸਟੋਡੀਅਲ ਡੈਥ ਹੋਈ ਹੈ ਅਤੇ ਇਹਦੇ 'ਚ ਜੁਡੀਸ਼ੀਅਲ ਇਨਕੁਆਇਰੀ ਕਰ ਰਿਹਾ। ਸਰਦਾਰ ਬਾਜਵਾ ਹੈਗੇ ਆ ਜਿਹੜੇ ਜੱਜ ਸਾਹਿਬ, ਕੱਲ੍ਹ ਉਹ ਵੀ ਉੱਥੇ ਸੀਗੇ ਔਰ ਉਹਨਾਂ ਨੇ ਵੀ ਪਰਿਵਾਰ ਨੂੰ ਰਿਕੁਐਸਟ ਕੀਤੀ ਸੀ ਕਿ ਤੁਸੀਂ ਸਟੇਟਮੈਂਟ ਲਿਖਵਾ ਦਿਓ। ਮੈਂ ਟਾਈਪਡ ਸਟੇਟਮੈਂਟ ਨਹੀਂ ਲਾਊਂਗਾ, ਤੁਸੀਂ ਮੈਨੂੰ ਵੈਸੇ ਲਿਖਵਾ ਦਿਓ, ਮੇਰਾ ਰੀਡਰ ਲਿਖ ਲਏਗਾ ਉਹਦੇ 'ਤੇ ਤੁਸੀਂ ਸਾਈਨ ਕਰ ਦੇਣਾ। ਬਟ ਇਹ ਪਰਿਵਾਰ ਐਡਮੈਂਟ ਸੀ ਕਿ ਅਸੀਂ ਇਹੀ ਸਟੇਟਮੈਂਟ ਦੇਣੀ ਹੈ, ਤਾਂ ਉਹ ਫਿਰ ਜੱਜ ਸਾਹਿਬ ਨੇ ਆਪਣੇ ਮੁਤਾਬਕ ਜੋ ਉਹਨਾਂ ਦਾ ਪ੍ਰੋਸੀਜਰ ਹੈ ਉਸ ਮੁਤਾਬਕ ਉਹਨਾਂ ਨੇ ਪ੍ਰੋਸੀਡ ਕੀਤਾ। ਤਾਂ ਇਸ ਸਟੇਜ 'ਤੇ ਤਾਂ ਮਤਲਬ ਇਸ ਤੋਂ ਇਲਾਵਾ ਅਸੀਂ ਕੁਛ ਨਹੀਂ ਕਹਿ ਸਕਦੇ। ਅਗਰ ਉਹਨਾਂ ਨੂੰ ਪਰਿਵਾਰ ਨੂੰ ਲੱਗਦਾ ਹੈ ਕਿ ਕੋਈ ਧਮਕਾ ਰਿਹਾ ਜਾਂ ਕਰ ਰਿਹਾ, ਸਾਡੇ ਨੌਲੇਜ 'ਚ ਲਿਆ ਤਾਂ ਹਜੇ ਤੱਕ ਕੋਈ ਐਸੀ ਫਸਟ ਟਾਈਮ ਇਹਨਾਂ ਨੇ ਆ ਕੇ ਮੈਂ ਤੁਹਾਡੇ ਤੋਂ ਸੁਣ ਰਿਹਾ ਜਾਂ ਇੱਥੇ ਆ ਕੇ ਮੇਰੇ ਆਫਿਸ 'ਚ ਇਹਨਾਂ ਨੇ ਕਿਹਾ, ਇਸ ਤੋਂ ਪਹਿਲੇ ਇਹਨਾਂ ਨੇ ਮੈਨੂੰ ਨਹੀਂ ਕਿਹਾ ਕਿ ਕੋਈ ਸਾਨੂੰ ਧਮਕਾ ਰਿਹਾ ਜਾਂ ਕਰ ਰਿਹਾ। ਸਰ ਗੁਰਦਾਸਪੁਰ ਦੇ ਕਹਿ ਰਹੇ ਕਿ 2 ਕੈਦੀ ਜਿਹੜੇ ਪਹਿਲਾਂ ਜੇਲ੍ਹ 'ਚ ਉਹਨਾਂ ਨੇ ਉੱਥੇ ਵੀ ਇਹੀ ਉਰਦਾਂ ਨੂੰ ਮਚਾਇਆ ਸੀ ਅਤੇ ਇੱਥੇ ਆ ਕੇ ਉਹਨਾਂ ਦਾ ਨਾਂ ਸਾਹਮਣੇ ਆ ਰਿਹਾ। ਸਰ ਕੌਣ 2 ਲੋਕ ਨੇ ਅਤੇ ਪਹਿਲਾਂ ਵੀ ਉਹਨਾਂ 'ਤੇ ਕੋਈ ਮਾਮਲੇ ਕਿੰਨੇ ਦਰਜ ਨੇ? ਕੋਈ ਹਰਿੰਦਰ ਹੈਗਾ ਜੀ, ਬਾਕੀ ਮੈਨੂੰ ਨਹੀਂ ਜ਼ਿਆਦਾ ਡਿਟੇਲ ਪਤਾ, ਉਹ ਜੇਲ੍ਹ ਅਥਾਰਟੀਜ਼ ਦੱਸ ਦੇਣਗੇ, ਕਿਉਂਕਿ ਉਹ ਮੇਰੇ ਖਿਆਲ ਸ਼ਾਇਦ ਉਸੇ ਬਿਨਾਂ 'ਤੇ ਉਹਨਾਂ ਨੂੰ ਉੱਥੋਂ ਸ਼ਿਫਟ ਕੀਤਾ ਗਿਆ ਸੀਗਾ, ਉਹਨਾਂ ਨੇ ਇੱਥੇ ਆ ਕੇ ਵੀ ਉਹੀ ਕੰਮ ਕੀਤਾ। ਤਾਂ